ਸਕਿੱਲ ਸਟੈਨੋਗ੍ਰਾਫਰ ਬਣਨ ਲਈ ਬਹੁਤ ਸਟੂਡੈਂਟ ਕਮੈਂਟ ਕਰਦੇ ਆ ਵੀ ਸਟੈਨੋਟਾਈਪਿਸ ਤੇ ਜੂਨ ਸਕਿੱਲ ਦੇ ਵਿੱਚ ਕੀ ਫਰਕ ਹੈਗਾ। ਸਟੈਨੋਟਾਈਪਿਸ ਤੁਹਾਨੂੰ ਪਤਾ ਹੀ ਆ ਜਿਹਦੇ ਵਿੱਚ ਇੱਕ ਕੋਈ ਵੀ ਇੰਗਲਿਸ਼ ਜਾਂ ਪੰਜਾਬੀ ਕੀਤੀ ਹੋਵੇ 80 ਵਰਡ ਪਰ ਮਿੰਟ ਦੇ ਹਿਸਾਬ ਨਾਲ ਪੇਪਰ ਹੋਣਾ ਹੁੰਦਾ ਤੇ 20 ਮਿੰਟਾਂ ਵੀ ਟਾਈਪ ਕਰਨਾ ਹੁੰਦਾ। ਜੂਨ ਸਕਿੱਲ ਵਿੱਚ ਕੀ ਹੈਗਾ, ਭਾਵੇਂ ਤੁਹਾਡੀ ਇੰਗਲਿਸ਼ ਕੀਤੀ ਜਾਂ ਪੰਜਾਬੀ ਕੀਤੀ ਆ, ਤੁਹਾਡੀ ਸਪੀਡ 100 ਚਾਹੀਦੀ ਆ। ਤੁਹਾਡੀ ਪੰਜਾਬੀ ਕੀਤੀ ਹੋਈ ਆ ਤਾਂ ਤੁਹਾਡੀ ਸਪੀਡ 100 ਦੀ ਸਪੀਡ ਚਾਹੀਦੀ ਆ। 500 ਵਰਡ ਦਾ ਪਹਿਰਾ ਬੋਲਿਆ ਜਾਣਾ ਅਤੇ 25 ਮਿੰਟਾਂ ਵਿੱਚ ਉਹਨੂੰ ਟਾਈਪ ਕਰਨਾ ਆ ਇਕੱਲੀ ਪੰਜਾਬੀ, ਠੀਕ ਆ। ਉਹਦੇ ਨਾਲ ਇੰਗਲਿਸ਼ ਹੋਏਗੀ ਜਿਹਨੂੰ 50 'ਤੇ ਬੋਲਿਆ ਜਾਣਾ, 50 ਵਰਡ ਪਰ ਮਿੰਟ ਜਾਂ 250 ਵਰਡ 5 ਮਿੰਟਾਂ ਵਿੱਚ ਬੋਲਿਆ ਜਾਏਗਾ, ਜਿਹਨੂੰ ਤੁਸੀਂ 20 ਮਿੰਟਾਂ ਵਿੱਚ ਟਾਈਪ ਕਰਨਾ ਹੋਊਗਾ, ਠੀਕ ਆ। 100 ਦੀ ਸਪੀਡ ਚਾਹੀਦੀ ਪੰਜਾਬੀ ਦੀ ਅਤੇ 50 ਦੀ ਚਾਹੀਦੀ ਆ ਇੰਗਲਿਸ਼ ਦੀ। ਜੇ ਤੁਸੀਂ ਇੰਗਲਿਸ਼ ਕੀਤੀ ਹੋਈ ਆ ਫਿਰ ਤੁਹਾਡੀ 100 ਦੀ ਚਾਹੀਦੀ ਆ ਇੰਗਲਿਸ਼ ਦੀ। ਜੇ ਤੁਸੀਂ ਇੰਗਲਿਸ਼ ਦਾ ਸਟੈਨੋਗ੍ਰਾਫਰ ਲੱਗਦੇ ਹੋ ਤੁਹਾਡੀ ਸਪੀਡ 100 ਦੀ ਚਾਹੀਦੀ ਆ ਇੰਗਲਿਸ਼ ਦੀ ਅਤੇ 50 ਦੀ ਚਾਹੀਦੀ ਆ ਪੰਜਾਬੀ ਦੀ। ਜੇ ਪੰਜਾਬ 'ਚ ਜੋਬ ਲੈਂਦੇ, ਜੇ ਪੰਜਾਬ ਤੋਂ ਬਾਹਰ ਆ ਫਿਰ ਉੱਥੇ ਹਿੰਦੀ ਵੀ ਮੰਗਦੇ ਆ, ਉੱਥੇ ਹਿੰਦੀ ਅਤੇ ਇੰਗਲਿਸ਼ ਦਾ ਕੋਂਬੀਨੇਸ਼ਨ ਹੁੰਦਾ ਆ। ਹਿੰਦੀ ਦੇ ਯੂਨੀਵਰਸਲ ਸਟੈਨੋਗ੍ਰਾਫਰ ਹੁੰਦੇ ਆ ਅਤੇ ਉੱਦਾਂ ਇੰਗਲਿਸ਼ ਦੇ ਸਟੈਨੋਗ੍ਰਾਫਰ ਹੁੰਦੇ ਆ। ਜਿਹੜੀ ਤੁਸੀਂ ਪੋਸਟ ਫਿਲ ਕਰੋਗੇ ਇੰਗਲਿਸ਼ ਵਾਲਾ ਫਿਲ ਕਰ ਰਹੇ ਹੋ ਜਾਂ ਪੰਜਾਬੀ ਵਾਲਾ, ਜਿਹੜਾ ਤੁਸੀਂ ਫਿਲ ਕਰੋਗੇ ਤੁਹਾਡੀ ਸਪੀਡ ਉਹਦੀ ਵੱਧ ਚਾਹੀਦੀ ਆ। ਜੇ ਪੰਜਾਬੀ ਯੂਨੀਵਰਸਲ ਸਟੈਨੋਗ੍ਰਾਫਰ ਲੱਗਦੇ ਹੋ ਤਾਂ ਤੁਹਾਡੀ ਸਪੀਡ ਪੰਜਾਬੀ ਵਿੱਚ 100 ਚਾਹੀਦੀ ਆ, ਦੂਜੀ 50। SS ਬੋਰਡ ਜਿਹੜੀ ਪੋਸਟ ਆਉਂਦੀਆਂ ਉਹਦੇ ਵਿੱਚ ਵੀ ਇੱਦਾਂ ਹੁੰਦਾ, ਕਈ ਵਾਰੀ ਇਕੱਲੀ ਯੂਨੀਵਰਸਲ ਲਿਖਿਆ ਹੁੰਦਾ। ਜੇ ਪੰਜਾਬ 'ਚ ਕੋਈ ਪੋਸਟ ਆ ਰਹੀ ਆ ਯੂਨੀਵਰਸਲ ਲਿਖਿਆ ਹੋਇਆ ਇਹਦਾ ਮਤਲਬ ਉਹਦੇ ਵਿੱਚ 100 ਦੀ ਸਪੀਡ ਪੰਜਾਬੀ ਦੀ ਮੰਗੀ ਗਈ ਆ ਅਤੇ 50 ਦੀ ਮੰਗੀ ਗਈ ਆ ਇੰਗਲਿਸ਼ ਦੀ। ਮੈਰਿਟ ਦਾ ਪ੍ਰੋਸੀਜਰ ਹੋਈ ਰਹਿਣਾ, ਗਲਤੀਆਂ 32 ਮਾਫ ਹੋਣਗੀਆਂ। ਲਿਸਟ ਵਿੱਚ ਆਉਣ ਲਈ ਜੋਬ ਲੱਗਣ ਲਈ ਆਪਾਂ ਨੂੰ ਟੌਪ ਕਰਨਾ ਪੈਣਾ ਹੈਗਾ, ਕਿ ਗਲਤੀ ਘੱਟ ਤੋਂ ਘੱਟ ਚਾਹੀਦੀਆਂ ਹੈਗੀਆਂ, ਸਪੀਡ ਚਾਹੀਦੀ ਆ, ਐਕੁਰੇਸੀ ਚਾਹੀਦੀ ਆ, ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ। ਉਹ ਜਿਹੜੀ ਮੈਰਿਟ ਬਣੀ ਉਸ ਮਿਸਟੇਕ ਦੀ ਬਣਨੀ ਆ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਆ, ਜਿੰਨੀ ਮਰਜ਼ੀ ਤੁਹਾਡੀ MA ਜੋ ਮਰਜ਼ੀ ਕੀਤਾ ਹੋਵੇ, ਹਾਇਰ ਡਿਗਰੀਆਂ ਕੀਤੀਆਂ ਹੋਣ, ਉਹਦਾ ਕੋਈ ਮੈਟਰ ਨਹੀਂ ਹੈਗਾ। ਤੁਹਾਡੀ ਕੁਆਲੀਫਿਕੇਸ਼ਨ, ਗ੍ਰੈਜੂਏਸ਼ਨ ਅਤੇ ਕੰਪਿਊਟਰ ਬੇਸਿਕ ਦਾ ਸਰਟੀਫਿਕੇਟ ਹੋਣਾ ਚਾਹੀਦਾ ਅਤੇ ਨਾਲ ਤੁਹਾਡੀ ਸਪੀਡ ਚਾਹੀਦੀ ਆ। ਸਕਿੱਲ ਟੈਸਟ ਮਸਟ ਆ, ਉਹਦੇ ਵਿੱਚੋਂ ਹੀ ਮੈਰਿਟ ਬਣਨੀ ਆ, ਹੋਰ ਕੋਈ ਟੈਸਟ ਨਹੀਂ ਹੁੰਦਾ, ਕੋਈ ਇੰਟਰਵਿਊ ਨਹੀਂ ਹੁੰਦੀ, ਡਾਇਰੈਕਟ ਤੁਹਾਡੀ ਜੁਆਇਨਿੰਗ ਹੋਣੀ ਆ ਇਹ ਪੇਪਰ ਦੇਣ ਤੋਂ ਬਾਅਦ। ਬਸ ਮਿਹਨਤ ਜ਼ਿਆਦਾ ਕਰਨੀ ਪੈਣੀ ਜੂਨ ਸਕਿੱਲ ਵਾਸਤੇ, ਪੰਜਾਬੀ ਦੀ ਮਿਹਨਤ ਕਰਨੀ ਪੈਣੀ, ਉਹਦੀ ਸਪੀਡ ਬਣਾਉਣੀ ਪੈਣੀ ਆ, ਇੰਗਲਿਸ਼ ਦੀ ਨਾਲ ਕਰਨੀ ਪੈਣੀ ਆ। ਜਿਹੜੀ ਤੁਸੀਂ ਕੀਤੀ ਹੋਈ ਆ, ਜੇ ਇੰਗਲਿਸ਼ ਕੀਤੀ ਆ ਤਾਂ ਉੱਥੇ ਜ਼ਿਆਦਾ ਮਿਹਨਤ ਕਰਨੀ ਪੈਣੀ ਆ, ਪੰਜਾਬੀ ਤੁਸੀਂ ਘੱਟ ਵੀ ਕਰ ਸਕਦੇ ਹੋ। ਜੇ ਤੁਹਾਡੇ ਪੰਜਾਬੀ ਵਿੱਚ 100 ਦੀ ਸਪੀਡ ਬਣੀ ਹੋਈ, ਤੁਸੀਂ ਪੇਪਰ ਪੰਜਾਬੀ ਵਾਲਾ ਅਪਲਾਈ ਕਰੋਗੇ, ਇਸ ਇੰਗਲਿਸ਼ ਦੀ ਤੁਸੀਂ ਤਿਆਰੀ ਘੱਟ ਕਰ ਸਕਦੇ ਹੋ, ਠੀਕ ਆ। ਉਹਦੇ ਅਕੋਰਡਿੰਗ ਤੁਸੀਂ ਪੇਪਰ ਭਰਨਾ ਹੈਗਾ, ਜਿੰਨੀ ਤੁਹਾਡੀ ਸਪੀਡ ਹੈਗੀ ਆ। ਹੁਣ ਕਾਫੀ ਟਾਈਮ ਪੈ ਗਿਆ ਅਤੇ ਸਟੂਡੈਂਟ ਦੋਨਾਂ ਵਿੱਚ ਤਿਆਰ ਹੋ ਚੁੱਕੇ ਆ। ਯੂਨੀਵਰਸਲ ਸਕਿੱਲ ਦੇ ਵਿੱਚ ਕੰਪੀਟੀਸ਼ਨ ਘੱਟ ਹੁੰਦਾ, ਜਿਹੜਾ ਐਕਚੁਅਲ ਸਟੈਨੋਗ੍ਰਾਫਰ ਹੁੰਦਾ, ਜਿਹੜਾ PA ਬਣਦਾ, ਅਸਿਸਟੈਂਟ ਬਣਦਾ, ਉਹ ਉਸੇ ਨੂੰ ਆਪਾਂ ਸਟੈਨੋਗ੍ਰਾਫਰ ਕਹਿੰਦੇ ਹਾਂ। ਦੂਜੇ ਨੂੰ ਆਪਾਂ ਜੇ ਇਕੱਲੇ ਪੰਜਾਬੀ ਕੀਤੀ ਆ ਫਿਰ ਆਪਾਂ ਉਹਨੂੰ ਸਟੈਨੋਟਾਈਪਿਸਟ ਕਹਾਂਗੇ, ਸਟੈਨੋਟਾਈਪਿਸਟ, ਠੀਕ ਹੈ। ਜੇ ਦੋਨੋਂ ਕੀਤੀਆਂ ਫਿਰ ਆਪਾਂ PA ਲੱਗਦੇ ਹਾਂ, ਅਸਿਸਟੈਂਟ ਲੱਗਦੇ ਹਾਂ, ਠੀਕ ਆ। ਉਹਦੇ ਵਿੱਚ ਦੋਨਾਂ ਵਿੱਚ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਸੈਲਰੀ ਦਾ ਵੀ ਫਰਕ ਹੈਗਾ ਆ, ਸੈਲਰੀ ਵੀ ਸਟੈਨੋਟਾਈਪਿਸਟ ਜ਼ਿਆਦਾ ਹੁੰਦੀ ਆ, ਅਹੁਦੇ ਦਾ ਫਰਕ ਵੀ ਹੈਗਾ, ਡਿਜ਼ਿਗਨੇਸ਼ਨ ਵੱਧਦਾ, ਪਾਵਰ ਵੱਧਦਾ, ਰਿਸਪੈਕਟ ਜ਼ਿਆਦਾ ਆ, ਠੀਕ ਹੈ। ਇਹ ਪ੍ਰੋਸੀਜਰ ਹੈਗਾ, ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਉਹਦਾ ਹੈਗਾ ਜੀ।